ਬਿਜਲੀ ਦੇ ਝਟਕੇ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਦੇ ਗਰੀਬ ਲੋਕਾਂ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਸਰਕਾਰ ਨੇ ਸਸਤੇ ਰਾਸ਼ਨ ਵਾਲੇ ਸਾਰੇ ਕਾਰਡ ਰੱਦ ਕਰ ਦਿੱਤੇ ਹਨ। ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਂਦੇ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਦਾ ਕੰਮ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਵੇਗਾ, ਜਿਸ ਤਹਿਤ ਪਹਿਲਾਂ ਆਟਾ ਦਾਲ ਅਤੇ ਰਾਸ਼ਨ ਸਕੀਮ ਅਧੀਨ ਬਣਾਏ ਸਾਰੇ ਕਾਰਡ ਖਤਮ ਹੋ ਜਾਣਗੇ। ਇਹਨਾਂ ਸਭ ਦੀ ਮੁੜ ਪੜਤਾਲ ਕੀਤੀ ਜਾਵੇਗੀ। ਇਸ ਲਈ ਸਰਕਾਰ ਨੇ ਬਕਾਇਦਾ ਨੋਟਿਸ ਜਾਰੀ ਕੀਤਾ ਹੈ, ਜਿਸ ਚ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਮੁੜ ਪੜਤਾਲ ਦੌਰਾਨ ਕਣਕ ਦੀ ਵੰਡ ਜਾਰੀ ਰਹੇਗੀ। ਸਕੀਮ ਤਹਿਤ ਆਉਂਦੇ ਲਾਭਪਾਤਰੀਆਂ ਦੀ ਸ਼ਨਾਖਤ ਦਾ ਕੰਮ 30 ਜੁਲਾਈ ਤੱਕ ਮੁਕੰਮਲ ਕਰਨ ਦੀ ਗੱਲ ਕਹੀ ਜਾ ਰਹੀ ਹੈ। ਕੁਝ ਰਿਵਾਈਜ਼ ਨਹੀਂ ਕੀਤੇ ਜਾ ਰਹੇ, ਥੋੜੀ ਮਿਸਕਨਸੈਪਸ਼ਨ ਆ। ਜਿਹੜੀ ਚਿੱਠੀ ਜਾਰੀ ਹੋਈ ਆ ਉਹ ਤੁਸੀਂ ਧਿਆਨ ਨਾਲ ਪੜੋ। ਇੱਕ ਤਾਂ ਜਿਹੜੇ ਬਲੂ ਕਾਰਡ ਆ ਉਹ ਸਮਾਰਟ ਕਾਰਡ ਬਣਨ ਜਾ ਰਹੇ ਆ, ਬੈਨੀਫਿਸ਼ਰੀ ਸੇਮ ਹੀ ਰਹਿਣੇ ਆ, ਜਾਂ ਜਿਹੜੇ ਬੋਗਸ ਆ ਉਹ ਨਿਕਲਣਗੇ। ਉਹ ਟਾਈਮ ਟੂ ਟਾਈਮ ਉਹ ਸਾਡਾ ਕੰਟੀਨਿਊਸ ਪ੍ਰੋਸੈਸ ਰਹਿੰਦਾ ਆ, ਚੈੱਕ ਕਰਦੇ ਰਹਿੰਦੇ ਆ ਕੋਈ ਗਲਤ ਬੰਦਾ ਇਸ ਸਕੀਮ ਦਾ ਫਾਇਦਾ ਨਾ ਲੈ ਜਾਏ। ਗੌਰਤਲਬ ਹੈ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਤੇ ਆਉਣ ਵਾਲੇ ਦਿਨਾਂ ਸਿਆਸਤ ਪਖਣ ਦੇ ਪੂਰੇ ਅਸਾਰ ਹਨ। ਵਿਰੋਧੀ ਖਾਸ ਕਰ ਅਕਾਲੀ ਦਲ ਸੂਬਾ ਸਰਕਾਰ ਨੂੰ ਇਸ ਮੁੱਦੇ ਤੇ ਘੇਰਨ ਦਾ ਮੌਕਾ ਨਹੀਂ ਛੱਡੇਗੀ। ਫਿਲਹਾਲ ਦੇਖਣਾ ਇਹ ਹੋਵੇਗਾ ਕਿ ਲਾਭਪਾਤਰੀਆਂ ਨੂੰ ਮੁੜ ਤੋਂ ਇਹ ਕਾਰਡ ਕਦੋਂ ਜਾਰੀ ਕੀਤੇ ਜਾਣਗੇ। ਸੂਬੇ ਚ ਵੱਧ ਰਹੇ ਨਸ਼ੇ ਦੇ ਕਾਰੋਬਾਰ ਤੇ ਨਕੇਲ ਕਸਣ ਲਈ ਬੇਸ਼ੱਕ ਸਰਕਾਰ ਤੇ ਪੁਲਿਸ ਕੋਈ ਠੋਸ ਕਦਮ ਚੁੱਕਦੇ ਨਜ਼ਰ ਨਹੀਂ ਆ ਰਹੇ ਹਨ, ਪਰ ਹੁਣ ਲੋਕ ਜਾਗਰੂਕ ਹੋਣੇ ਸ਼ੁਰੂ ਹੋ ਗਏ ਹਨ। ਮਾਮਲਾ ਤਰਨ ਤਾਰਨ ਦੇ ਪਿੰਡ ਵੜਿੰਗ ਸੂਬਾ ਸਿੰਘ ਵਾਲਾ ਦਾ ਹੈ, ਜਿੱਥੇ ਪਿੰਡ ਦੇ ਲੋਕਾਂ ਨੇ ਪਿੰਡ ਦੀ ਹੀ ਪੰਚਾਇਤ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਪੰਚਾਇਤ ਮੈਂਬਰਾਂ ਉੱਤੇ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਦੇ ਇਲਜ਼ਾਮ ਲਗਾਏ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪੰਚਾਇਤ ਦੇ ਮੈਂਬਰਾਂ ਦੀ ਮਿਲੀ ਭੁਗਤ ਨਾਲ ਪਿੰਡ ਚ ਧੜੱਲੇ ਨਾਲ ਨਸ਼ਾ ਵਿਕ ਰਿਹਾ ਹੈ ਅਤੇ ਜੇਕਰ ਉਹ ਕਿਸੇ ਤਸਕਰ ਨੂੰ ਪੁਲਿਸ ਕੋਲ ਫੜਾਉਂਦੇ ਹਨ ਤਾਂ ਪੰਚਾਇਤ ਉਸ ਨੂੰ ਛੁਡਵਾ ਲੈਂਦੀ ਹੈ। ਇਹ ਕਾਫੀ ਮਤਲਬ ਵੜਿੰਗ ਸੂਬਾ ਸਿੰਘ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਵਾ। ਘੱਟੋ ਘੱਟ ਮੇਰੇ ਹਿਸਾਬ ਦੇ ਨਾਲ 50 ਤੋਂ 60 ਆਦਮੀ ਇੱਥੇ ਨਸ਼ਾ ਵੇਚਦੇ ਆ। ਇੱਥੇ ਮਤਲਬ ਪੁਲਿਸ ਆਉਂਦੀ ਆ, ਪੁਲਿਸ ਬੰਦਾ ਫੜ ਕੇ ਲੈ ਜਾਂਦੀ ਆ, ਪੈਸੇ ਦੇ ਕੇ ਉਹ ਲੋਕੀ ਫਿਰ ਛਡਾ ਕੇ ਲੈਂਦੇ ਆ। ਬਰਾਬਰ ਮਤਲਬ ਇਹੋ ਹੀ ਇੱਥੇ ਕਾਰਨ ਆ ਕਿ ਨਾ ਇੱਥੇ ਪੰਚਾਇਤ ਆ, ਜਿਹੜੀ ਪੰਚਾਇਤ ਆ ਉਹ ਪੰਚਾਇਤ ਕਹੇ ਜੋਗੀ ਨਹੀਂ। ਉਧਰ ਇਸ ਸਬੰਧੀ ਜਦੋਂ ਪਿੰਡ ਦੀ ਪੰਚਾਇਤ ਦੇ ਮੈਂਬਰ ਨਾਲ ਗੱਲ ਕੀਤੀ ਤਾਂ ਉਹਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪੰਚਾਇਤ ਦਾ ਨਸ਼ਾ ਤਸਕਰਾਂ ਨਾਲ ਕੋਈ ਸਬੰਧ ਨਹੀਂ ਅਤੇ ਉਹ ਖੁਦ ਚਾਹੁੰਦੇ ਹਨ ਕਿ ਨਸ਼ੇ ਵਾਲਿਆਂ ਖਿਲਾਫ ਪੁਲਿਸ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ। 1% ਵੀ ਇਹ ਬਿਲਕੁਲ ਨਹੀਂ ਗੱਲ ਹੈਗੀ ਕਿ ਸਾਡੀ ਪੰਚਾਇਤ, ਸਾਡੇ ਸਰਪੰਚ ਸਾਹਿਬ ਜਾਂ ਹੋਰ ਵੀ ਮੈਂਬਰ ਸਾਹਿਬ ਕੋਈ ਕਿਸੇ ਕਿਸਮ ਦੀ ਇਨਵੋਲਵੇਸ਼ਨ ਨਹੀਂ ਹੈਗੀ ਇਹਦੇ ਵਿੱਚ ਪੰਚਾਇਤ ਦੀ। ਖਾਸ ਕਰਕੇ ਮੈਂ ਮੌਜੂਦਾ ਪੰਚਾਇਤ ਮੈਂਬਰ ਹਾਂ। ਇਸ ਮੁੱਦੇ ਦੇ ਉੱਤੇ ਮਤਲਬ ਅਗਾਂਹ ਵੱਧ ਕੇ ਅਸੀਂ ਲੜਦੇ ਹਾਂ, ਹਰ ਗੱਲ ਹਰ ਪੱਖ ਰੱਖਦੇ ਹਾਂ ਆਪਣਾ, ਵੀ ਜਿਹੜਾ ਨਸ਼ਾ ਹੈ ਖਤਮ ਹੋਣਾ ਚਾਹੀਦਾ। ਇਹ ਤੋਂ ਬਕਾਇਦਾ ਉੱਪਰ ਤੱਕ ਅਸੀਂ ਲੈਟਰ ਵੀ ਭੇਜੇ ਹੋਏ। ਐਸਪੀ ਤਰਨ ਤਾਰਨ ਨੇ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਮਗਰੋਂ ਲਗਾਤਾਰ ਰੇਡ ਕੀਤੀ ਜਾ ਰਹੀ ਹੈ ਅਤੇ ਨਸ਼ੇ ਦੇ ਸਮਗਲਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਲੱਗੇ ਨੇ ਪੋਸਟਰ ਰਾਤ ਕਿਸੇ ਲਾਏ ਜਾਂਦਾ ਉਹਨੂੰ, ਤੇ 5-7 ਬੰਦਿਆਂ ਨਾਮ ਹੈਗਾ ਵਿੱਚ ਪਿੰਡ ਦਾ। ਉਹ ਅੱਜ ਸਵੇਰੇ ਅਸਿਸਟ ਨੇ ਕਾਫੀ ਵੱਡੀ ਤਦਾਦ ਚ ਫੋਰਸ ਲੈ ਕੇ ਰੇਡ ਕੀਤੇ ਨੇ, ਭੱਜੇ ਨੇ। ਫੜਦੇ ਬੰਦੇ ਜਿਹੜੇ ਕੰਮ ਕਰਦੇ ਫੜ ਕੇ ਅੰਦਰ ਲਵਾਂਗੇ ਉਹਨਾਂ ਦੇ ਘਰ ਤੇ ਅਸਿਸਟ। ਗੌਰਤਲਬ ਹੈ ਕਿ ਇਹਨਾਂ ਪੋਸਟਰਾਂ ਪਿੱਛੇ ਦੀ ਸੱਚਾਈ ਜੋ ਵੀ ਹੋਵੇ, ਪਰ ਇਹਨਾਂ ਪੋਸਟਰਾਂ ਕਰਕੇ ਇੱਕ ਵਾਰ ਫਿਰ ਪੁਲਿਸ ਅਤੇ ਸਰਕਾਰ ਸਵਾਲਾਂ ਦੇ ਘੇਰੇ ਚ ਆ ਗਏ ਹਨ। ਬੇਸ਼ੱਕ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਮਾਮਲੇ ਤੇ ਬੈਠਕਾਂ ਕੀਤੀਆਂ ਜਾ ਰਹੀਆਂ ਨੇ, ਪਰ ਇਹਨਾਂ ਬੈਠਕਾਂ ਦਾ ਨਤੀਜਾ ਕੀ ਹੈ, ਇਹ ਆਏ ਦਿਨ ਪਿੰਡਾਂ ਚ ਨਸ਼ਾ ਤਸਕਰਾਂ ਬਾਰੇ ਹੋ ਰਹੇ ਖੁਲਾਸੇ ਬਖੂਬੀ ਬਿਆਨ ਕਰਦੇ ਹਨ। ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸ਼ਨੀਵਾਰ ਸਵੇਰੇ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਪਲਟ ਗਈ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਕਈ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਨੂੰ ਧੱਕਾ ਮਾਰ ਕੇ ਸਟਾਰਟ ਕੀਤਾ ਗਿਆ ਸੀ ਅਤੇ ਉਤਰਾਈ ਹੋਣ ਕਾਰਨ ਬੱਸ ਬੇਕਾਬੂ ਹੋ ਕੇ ਪਲਟ ਗਈ। ਫਿਲਹਾਲ ਸਥਾਨਕ ਲੋਕਾਂ ਵੱਲੋਂ ਬੱਸ ਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਜ਼ਖਮੀਆਂ ਨੂੰ ਨੇੜਲੇ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਭੇਜਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਸਵਾਰ ਸਾਰੇ ਸ਼ਰਧਾਲੂ ਫਰੀਦਕੋਟ ਦੇ ਰਹਿਣ ਵਾਲੇ ਹਨ। ਕੀਰਤਪੁਰ ਸਾਹਿਬ ਐਕਸੀਡੈਂਟ ਹੋਇਆ ਹੈਗਾ, ਕੋਈ ਬੱਸ ਕਹਿੰਦੇ ਪਲਟ ਗਈ ਹੈਗੀ ਹੈ ਅਤੇ ਸਾਡੇ ਕੋਲ ਟੋਟਲ 9 ਪੇਸ਼ੈਂਟ ਆਏ ਨੇ, ਜਿਨ੍ਹਾਂ 'ਚੋਂ ਇੱਕ ਬਰੋਡ ਡੈਡ ਹੈ, ਲੇਡੀ ਹੈਗੀ ਹੈ ਬਲਜੀਤ ਕੌਰ, ਅਤੇ 4 ਅਸੀਂ ਰੈਫਰ ਕੀਤੇ ਹੈ ਅਤੇ 1 ਐਡਮਿਟ ਕੀਤਾ, 3 ਅਜੇ ਔਨ ਸਲਿਪ ਟ੍ਰੀਟਮੈਂਟ ਹੈਗੇ ਆ, ਜਿਨ੍ਹਾਂ ਦੇ ਫ੍ਰੈਕਚਰ ਵਗੈਰਾ ਹੈਗੇ, ਉਹਦੇ ਐਕਸਰੇ ਵਗੈਰਾ ਹੋ ਰਹੇ ਹੈਗੇ। ਕੀ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ? ਤਾਂ ਤੁਹਾਡੇ ਆਪਣੇ ਸ਼ਹਿਰ ਰਾਮਪੁਰਾ ਫੂਲ ਵਿੱਚ ਚੱਲ ਰਿਹਾ ਸਫਲਤਾਪੂਰਵਕ 10,000 ਤੋਂ ਵੱਧ ਵੀਜ਼ੇ ਲਗਵਾਉਣ ਵਾਲਾ ਦੀ ਟ੍ਰੈਕਰਸ ਆਇਲਸ ਇੰਸਟੀਚਿਊਟ ਪੜੋ ਕੈਨੇਡਾ ਦੀਆਂ ਟਾਪ ਯੂਨੀਵਰਸਿਟੀਜ਼ ਵਿੱਚ ਵਿਦ 6 ਓਵਰਆਲ ਬੈਂਡ ਦੇ ਨਾਲ ਪੂਰੀ ਫੀਸ, ਵੀਜ਼ਾ ਲੱਗਣ ਤੋਂ ਬਾਅਦ ਸਮਾਰਟ ਕਲਾਸਿਸ ਫਾਰ ਆਇਲਸ, ਫ੍ਰੀ ਡੈਮੋ ਕਲਾਸਿਸ, ਸੈਟਿਸਫੈਕਸ਼ਨ ਗਾਰੰਟੀ। ਫਾਰ ਫਰਦਰ ਡਿਟੇਲਸ ਪਲੀਜ਼ ਵਿਜ਼ਿਟ ਦੀ ਟ੍ਰੈਕਰਸ ਆਇਲਸ ਇੰਸਟੀਚਿਊਟ ਓਪੋਜ਼ਿਟ PNB ਬੈਂਕ, ਬੈਂਕ ਬਾਜ਼ਾਰ, ਰਾਮਪੁਰਾ ਫੂਲ, ਐਂਡ ਕੰਟੈਕਟ ਔਨ 9878960400।
ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 1 ਸਥਿਤ ਇੱਕ ਤੇਲ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸਰਸਵਤੀ ਆਇਲ ਮਿਲ 'ਚ ਬੀਤੀ ਰਾਤ ਕਰੀਬ 2:30 ਵਜੇ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪੁੱਜੀਆਂ ਅਤੇ ਫਾਇਰ ਅਧਿਕਾਰੀਆਂ ਨੇ ਸ਼ਨੀਵਾਰ ਸਵੇਰੇ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ। ਚੰਗੀ ਗੱਲ ਇਹ ਹੈ ਕਿ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅਸੀਂ ਵੇਖਿਆ ਸਾਡਾ ਮੁੰਡਾ ਸਵੇਰ ਦਾ ਘਰੇ ਨੀ, ਕਿੱਥੇ ਫੋਨ ਆਇਆ, ਕਿੱਥੇ ਗਿਆ? ਅਸੀਂ ਇਹਦੇ ਘਰੇ ਆਏ, ਅੰਦਰ ਪੀਂਦਾ ਅਸੀਂ ਫੜਿਆ, ਜੰਦਰੇ ਲਾ ਲੈਣ ਅਸੀਂ ਕੁੱਟਿਆ ਮਾਰਿਆ। ਚੱਲ ਜੀ, ਇੱਥੇ ਰੋਜ਼ ਸਮੈਕ ਪੀਣਾ ਵਾ, ਬੜੀ ਵਾਰੀ ਮੈਂ ਆਖਿਆ ਪੀਵਾਂਗਾ। ਪਿੰਡ ਦਾ ਸਰਪੰਚ ਜਾਮਾ ਰੱਖਿਆ ਤਾੜਦਾ ਜੀ, ਮੈਂ ਐਸ ਐਚ ਓ ਅੱਗੇ ਰਿਕੁਐਸਟ ਕੀਤੀ ਮੇਰੇ ਨਾਲ ਚੱਲੋ, ਪਰ ਉਹ ਕਹਿੰਦਾ ਡਰੈਗ ਇੰਸਪੈਕਟਰ ਤੋਂ ਬਿਨਾਂ ਨਾਲ ਨਹੀਂ ਜਾਂਦਾ, ਸਾਨੂੰ ਐਸ ਐਸ ਪੀ ਕਹਿੰਦਾ ਸਾਨੂੰ ਫੜਾਓ, ਤੇ ਅਸੀਂ ਕੀ ਕਰੀਏ ਦੱਸੋ, ਬੜੇ ਦੁਖੀ ਹਾਂ। ਫਿਰੋਜ਼ਪੁਰ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਨੂੰ ਲੈ ਕੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਮਮਦੌੜ 'ਚ ਇੱਕ ਕਾਂਗਰਸੀ ਸਰਪੰਚ ਨੇ ਨਸ਼ਾ ਤਸਕਰ ਦੇ ਘਰ ਹੱਲਾ ਬੋਲਿਆ ਅਤੇ ਨਸ਼ਾ ਕਰਦੇ ਆਪਣੇ ਪੁੱਤਰ ਨੂੰ ਫੜਿਆ। ਇਨ੍ਹਾਂ ਹੀ ਨਹੀਂ, ਸਰਪੰਚ ਨੇ ਆਪਣੇ ਨਸ਼ੇੜੀ ਪੁੱਤਰ ਦੀ ਕੁੱਟਮਾਰ ਵੀ ਕੀਤੀ ਹੈ। ਸਰਪੰਚ ਨੇ ਪੁਲਿਸ ਅਤੇ ਨਸ਼ਾ ਤਸਕਰਾਂ ਦੀ ਆਪਸ 'ਚ ਮਿਲੀ ਭੁਗਤ ਦਾ ਵੀ ਇਲਜ਼ਾਮ ਲਗਾਇਆ ਹੈ। ਸਰਪੰਚ ਪੂਰੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕਰ ਰਿਹਾ ਹੈ। ਅਸੀਂ ਬਹੁਤ ਦੁਖੀ ਹਾਂ ਜੀ, ਨਸ਼ਾ ਕਰਦਾ ਮੇਰਾ ਬ੍ਰਦਰ ਛੋਟਾ, ਉਹ ਇੱਥੇ ਜੋਗੇ ਦੇ ਘਰੇ ਆਉਂਦਾ ਡੇਲੀ, ਇੱਥੋਂ ਟੀਕਾ ਲਾ ਕੇ ਜਾਂਦਾ ਚਿੱਟੇ ਦਾ। ਅਸੀਂ ਇੰਨੇ ਕੁ ਪੁਲਿਸ ਤੋਂ ਪਰੇਸ਼ਾਨ ਹਾਂ, ਅਸੀਂ ਐਸ ਐਚ ਓ ਦੇ ਗਏ ਹਾਂ ਲੈਣ, ਐਸ ਐਚ ਓ ਨੂੰ, ਐਸ ਐਚ ਓ ਨੇ ਸਾਡੀ ਇੱਕ ਨਹੀਂ ਸੁਣੀ। ਐਸ ਐਚ ਓ ਕਹਿੰਦਾ ਵੀ ਤੁਸੀਂ ਇਹ ਡਰੱਗ ਇੰਸਪੈਕਟਰ ਨੂੰ ਲੈ ਕੇ ਆਓ ਤੇ ਅਸੀਂ ਫੇਰ ਕਾਰਵਾਈ ਕਰਾਂਗੇ। ਅਸੀਂ ਦੱਸੋ ਕੀ ਕਰੀਏ? ਕੀ ਸੁਣੀ ਨਹੀਂ ਗਈ ਅੱਜ ਤੁਹਾਡੀ? ਨਾ ਜੀ ਨਾ, ਬਿਲਕੁਲ ਨਹੀਂ ਸੁਣੀ ਗਈ। ਅਸੀਂ ਬਹੁਤ ਦੁਖੀ ਹਾਂ। ਫਿਰੋਜ਼ਪੁਰ ਜ਼ਿਲ੍ਹਾ ਮਮਦੌੜ ਦੇ ਵਿੱਚ ਸ਼ਰੇਆਮ ਵਿਕਦਾ ਜੀ ਨਸ਼ਾ, ਸ਼ਰੇਆਮ ਗੋਲੀਆਂ ਪੀ ਕੇ, ਚਿੱਟਾ ਸਮੈਕ ਪੁੱਕੀ ਜੋ ਮਰਜ਼ੀ ਲੈ ਲਓ ਜੀ, ਇੱਥੋਂ ਸ਼ਰੇਆਮ ਵਿਕਦਾ ਜੀ। ਅਸੀਂ ਵੇਖਿਆ ਸਾਡਾ ਮੁੰਡਾ ਸਵੇਰ ਦਾ ਘਰੇ ਨੀ, ਕਿੱਥੇ ਫੋਨ ਆਇਆ, ਕਿੱਥੇ ਗਿਆ? ਅਸੀਂ ਇਹਦੇ ਘਰੇ ਆਏ, ਅੰਦਰ ਪੀਂਦਾ ਅਸੀਂ ਫੜਿਆ, ਜੰਦਰੇ ਲਾ ਲੈਣ ਅਸੀਂ ਕੁੱਟਿਆ ਮਾਰਿਆ, ਜੰਦਰੇ ਲਾ ਲੈਣ, ਉੱਤੋਂ ਦੀ ਨਿਕਲ ਗਿਆ ਜੋਗਾ ਸਿੰਘ ਜਿਹੜਾ ਵੇਚਦਾ, ਉੱਤੋਂ ਦੀ ਨਿਕਲ ਗਿਆ। ਅਸੀਂ ਇੱਥੇ ਆਪਦੇ ਮੁੰਡੇ ਨੂੰ ਆ ਕੁੱਟਿਆ, ਅੰਦਰ ਤਾੜੀ ਰੱਖਿਆ, ਪੁਲਿਸ ਕੋਲ ਗਿਆ, ਘੈਂਟਾ ਲੱਗ ਗਿਆ, ਪੁਲਿਸ ਨਹੀਂ ਆਈ, ਉਹਨੇ ਨੂੰ ਛਾਲ ਮਾਰ ਕੇ। ਤੁਸੀਂ ਪਿੰਡ ਦੇ ਕੀ ਮੋਤਬਾਰ ਹੋ? ਪਿੰਡ ਦਾ ਸਰਪੰਚ ਜਾਮਾ ਰੱਖਿਆ ਤਾੜਦਾ ਜੀ, ਮੈਂ ਐਸ ਐਚ ਓ ਅੱਗੇ ਰਿਕੁਐਸਟ ਕੀਤੀ ਮੇਰੇ ਨਾਲ ਚੱਲੋ, ਪਰ ਉਹ ਕਹਿੰਦਾ ਡਰੈਗ ਇੰਸਪੈਕਟਰ ਤੋਂ ਬਿਨਾਂ ਨਾਲ ਨਹੀਂ ਜਾਂਦਾ, ਸਾਨੂੰ ਐਸ ਐਸ ਪੀ ਕਹਿੰਦਾ ਸਾਨੂੰ ਫੜਾਓ, ਤੇ ਅਸੀਂ ਕੀ ਕਰੀਏ ਦੱਸੋ, ਬੜੇ ਦੁਖੀ ਹਾਂ। ਜੇ ਸਾਡਾ ਮੁੰਡਾ ਮਰ ਗਿਆ ਕੌਣ ਜ਼ਿੰਮੇਵਾਰ ਹੈ? ਐਸ ਐਚ ਓ ਜ਼ਿੰਮੇਵਾਰ ਹੈ ਜਾਂ ਨਸ਼ਾ ਵੇਚਣ ਵਾਲਾ ਜ਼ਿੰਮੇਵਾਰ ਹੈ? ਤੁਹਾਡੀ ਸਰਕਾਰ ਇਧਰ ਬਾਰੇ ਸੁਣਵਾਈ ਨਹੀਂ ਹੁੰਦੀ? ਸਰਪੰਚ ਹੁੰਦੇ ਨਾਲ 11 ਹੀ ਹੋਣਾ, ਥਾਣੇ 11 ਨਾਲ ਨਹੀਂ ਤੁਰੇ, ਕਹਿੰਦੇ ਚੱਲਨੇ ਇੱਧਰ ਵੱਲ, ਜਿਹਦੇ ਨਾਲ ਫੋਨ ਲਾਤਾ ਉਹਨਾਂ ਨੇ ਭਜਾਤਾ, ਪੁਲਿਸ ਵਾਲੇ ਫੋਨ ਲਾ ਕੇ ਭਜਾਇਆ, ਨਹੀਂ ਤੇ ਕਾਲਾਂ ਕੱਢ ਲਓ ਇਹਦੇ ਨੰਬਰ ਦੀਆਂ, ਤੇ ਜਿਹੜਾ ਪੁਲਿਸ ਵਾਲੇ ਨੂੰ ਹੱਥ ਕਰਾਂਗਾ ਉਹਦੀ ਕਾਲਾਂ ਕੱਢ ਲਓ, ਜਿਹੜੇ ਪੁਲਿਸ ਵਾਲੇ ਫੋਨ ਕੀਤਾ ਨਾ ਹੁਣ ਕਾਲਾਂ ਇੱਧਰ ਆਈਆਂ, ਹੁਣ ਜੋ ਮਰਜ਼ੀ ਕਰ ਲਏ। ਕਿੰਨਾ ਕੁ ਜਿਹੜਾ ਤੁਹਾਨੂੰ ਪ੍ਰਸ਼ਾਸਨ ਸਜਾਗ ਜਾਗਦਾ ਨਸ਼ਿਆਂ ਦੇ ਖਿਲਾਫ? ਇੱਥੇ ਨਸ਼ਾ ਪੁਲਿਸ ਨੇ ਵੇਚਣਾ ਬੰਦ ਨਹੀਂ ਕਰਨਾ, ਇੱਥੇ ਨਸ਼ਾ ਵਿਕਣਾ ਪੁਲਿਸ, ਜੇ ਪੁਲਿਸ ਬੜੇ ਨਸ਼ਾ ਕਿਉਂ ਨਹੀਂ ਬੰਦ ਹੋ ਸਕਦਾ? ਮੈਂ ਕਰਾ ਸਕਦਾ, ਮੈਨੂੰ ਕਹਿਣ, ਮੈਂ ਵੇਖ ਅੱਜ ਸ਼ਾਮ ਤੱਕ ਘਰੇ ਵੜ ਜਾ, ਜੋ ਮਰਜ਼ੀ ਕਰ ਲਈ, ਇੱਥੇ ਮੈਂ ਬੈਠਾ ਲਾ ਜੋਗਾ, ਇੱਥੇ ਆ ਗਏ ਜੇ ਨਸ਼ਾ ਵੇਚ ਆਪਦੇ ਘਰੇ ਤੇ ਮੈਨੂੰ ਫਿੜੇ ਲਾਂਤ ਕਹਿ ਦੇ। ਕੀ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ? ਤਾਂ ਤੁਹਾਡੇ ਆਪਣੇ ਸ਼ਹਿਰ ਰਾਮਪੁਰਾ ਫੂਲ ਵਿੱਚ ਚੱਲ ਰਿਹਾ ਸਫਲਤਾਪੂਰਵਕ 10,000 ਤੋਂ ਵੱਧ ਵੀਜ਼ੇ ਲਗਵਾਉਣ ਵਾਲਾ ਦੀ ਟ੍ਰੈਕਰਸ ਆਇਲਸ ਇੰਸਟੀਚਿਊਟ ਪੜੋ ਕੈਨੇਡਾ ਦੀਆਂ ਟਾਪ ਯੂਨੀਵਰਸਿਟੀਜ਼ ਵਿੱਚ ਵਿਦ 6 ਓਵਰਆਲ ਬੈਂਡ ਦੇ ਨਾਲ ਪੂਰੀ ਫੀਸ, ਵੀਜ਼ਾ ਲੱਗਣ ਤੋਂ ਬਾਅਦ ਸਮਾਰਟ ਕਲਾਸਿਸ ਫਾਰ ਆਇਲਸ, ਫ੍ਰੀ ਡੈਮੋ ਕਲਾਸਿਸ, ਸੈਟਿਸਫੈਕਸ਼ਨ ਗਾਰੰਟੀ। ਫਾਰ ਫਰਦਰ ਡਿਟੇਲਸ ਪਲੀਜ਼ ਵਿਜ਼ਿਟ ਦੀ ਟ੍ਰੈਕਰਸ ਆਇਲਸ ਇੰਸਟੀਚਿਊਟ ਓਪੋਜ਼ਿਟ PNB ਬੈਂਕ, ਬੈਂਕ ਬਾਜ਼ਾਰ, ਰਾਮਪੁਰਾ ਫੂਲ, ਐਂਡ ਕੰਟੈਕਟ ਔਨ 9878960400। You are watching NC7 News. To give advertisement for flash ad, video ad and paid stories on this channel, contact us on 9855858559.